ਸਤਿ ਸ਼੍ਰੀ ਅਕਾਲ, ਮੈਂ ਰਚਨਾ। ਦੈਨਿਕ ਸਵੇਰਾ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਪਹਿਲਾਂ ਨਜ਼ਰ ਪਾਉਂਦੇ ਹਾਂ ਇਸ ਬੁਲੇਟਿਨ ਦੀਆਂ ਮੁੱਖ ਖਬਰਾਂ ਤੇ। ਸ਼੍ਰੀ ਨਨਕਾਣਾ ਸਾਹਿਬ ਪੁੱਜੀ ਕੈਨੇਡਾ ਦੀ ਸੰਗਤ ਨੇ ਦਿੱਤੀ ਗੁਰਪੁਰਬ ਦੀ ਵਧਾਈ, ਪ੍ਰਬੰਧਾਂ ਨੂੰ ਦੇਖ ਬਾਗੋ ਬਾਗ ਹੋਈ ਸੰਗਤ। ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੂੰ ਨਈ ਪਾਕਿਸਤਾਨ ਤੇ ਭਰੋਸਾ, ਕਿਹਾ ਲਾਂਘਾ ਭਾਵੇਂ ਖੋਲ੍ਹ ਦਿੱਤਾ ਪਰ ਅੱਤਵਾਦੀ ਕਾਰਵਾਈਆਂ ਨਹੀਂ ਕਰ ਰਹੇ ਬੰਦ। ਅਮਰੀਕਾ ਦੀ ਸੰਗਤ ਨੇ ਪਾਕਿਸਤਾਨ ਦੀ ਸੰਗਤ ਵੱਲੋਂ ਦਿਖਾਏ ਪਿਆਰ ਤੇ ਮੁਹੱਬਤ ਦੀ ਕੀਤੀ ਤਾਰੀਫ, ਕਿਹਾ ਅਜਿਹਾ ਪਿਆਰ ਕਿਤੇ ਹੋਰ ਨਹੀਂ ਮਿਲਿਆ। ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਨੇ ਲਾਂਘਾ ਖੋਲ੍ਹਣ ਲਈ ਭਾਰਤ ਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਦਿੱਤੀ ਵਧਾਈ, ਪੰਜਾਬ ਸਰਕਾਰ ਦੀ ਵੀ ਕੀਤੀ ਤਾਰੀਫ। ਤੇ ਹੁਣ ਖਬਰਾਂ ਵਿਸਥਾਰ ਨਾਲ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਦੇਸ਼ ਵਿਦੇਸ਼ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਕੈਨੇਡਾ ਤੋਂ ਸ਼੍ਰੀ ਨਨਕਾਣਾ ਸਾਹਿਬ ਪੁੱਜੀ ਸੰਗਤ ਨੇ ਜਿੱਥੇ ਸਭ ਨੂੰ ਵਧਾਈਆਂ ਦਿੱਤੀਆਂ, ਉੱਥੇ ਖੁਸ਼ੀ ਦਾ ਇਜ਼ਹਾਰ ਵੀ ਕੀਤਾ। ਸਤਿ ਸ਼੍ਰੀ ਅਕਾਲ, ਮੈਂ ਹਾਂ ਹਰਮੀਤ ਸਿੰਘ, ਪਾਕਿਸਤਾਨ ਨਨਕਾਣਾ ਸਾਹਿਬ ਤੋਂ। ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਗੱਲ ਕੀਤੀ ਜਾਵੇ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਪੁਰਬ ਦੇ, ਤਾਂ ਅੱਜ ਕੁਛ ਸੰਗਤਾਂ ਜਿਹੜੀਆਂ, ਕਾਫੀ ਸਾਰੀ ਸੰਗਤਾਂ ਡਿਫਰੈਂਟ ਮਮਾਲਿਕ ਤੋਂ ਆਈਆਂ ਨੇ। ਅੱਜ ਮੇਰੇ ਨਾਲ ਕੁਛ ਸੰਗਤਾਂ ਮੌਜੂਦ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿੱਥੋਂ ਆਏ ਨੇ ਅਤੇ ਪਾਕਿਸਤਾਨ ਆ ਕੇ ਉਹਨਾਂ ਨੂੰ ਨਨਕਾਣਾ ਸਾਹਿਬ ਬਾਬਾ ਜੀ ਦੀ ਧਰਤੀ, ਪਾਕਿਸਤਾਨ ਤਾਂ ਆਉਣ ਜਾਣ ਰਹਿੰਦਾ ਲੇਕਿਨ ਬਾਬਾ ਜੀ ਦੀ ਧਰਤੀ, ਮਹਾਨ ਧਰਤੀ 'ਤੇ ਆ ਕੇ ਇਹਨਾਂ ਨੂੰ ਕਿਲ ਕੇ ਮਿਲੇਗਾ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਪਹਿਲੇ ਤੋਂ ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਨੂੰ ਪਾਕਿਸਤਾਨ, ਤੁਸੀਂ ਆਇਆ, ਸਵਾਗਤ ਕਰਦੇ ਹਾਂ ਤੁਹਾਡਾ। ਪਾਕਿਸਤਾਨ ਆ ਕੇ ਬਾਬਾ ਜੀ ਦੀ ਧਰਤੀ ਆ ਕੇ ਤੁਹਾਨੂੰ ਕਿਵੇਂ ਲੱਗਾ ਅਤੇ ਆਏ ਤੁਸੀਂ ਕਿੱਥੋਂ, ਇਹ ਵੀ ਸਾਡੇ ਦੱਸੋ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ। ਅਸੀਂ ਬਾਬਾ ਜੀ ਦੇ ਜਨਮ ਦਿਨ 'ਤੇ ਜਿਹੜੀ ਉੱਚੀ ਸਾਡੇ ਸੰਤਾਂ ਨਾਲ ਲੈ ਕੇ ਅਤੇ ਬਾਬਾ ਜੀ ਦੇ ਸਭ ਤੋਂ ਆਇਆ ਇੱਥੇ, ਆਉਣ ਦੀ ਬੜੀ ਖੁਸ਼ੀ ਹੈ। ਅਸੀਂ ਬਹੁਤ ਅੰਦਰ ਕਰ ਰਹੇ ਹਾਂ, ਗੌਰਮੈਂਟ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨਾ ਉਪਰਾਲਾ ਕਰਕੇ ਸਾਨੂੰ ਸਾਰਿਆਂ ਨੂੰ ਦਰਸ਼ਨ ਕਰ ਪਾਏ ਆ ਅਤੇ ਬਾਬਾ ਜੀ ਦੇ ਗੁਰਪ੍ਰਤੀ ਸਾਰੀ ਸੰਗਤ ਸਭ ਸਮੂਹ ਜਗਤ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਬਾਬਾ ਜੀ ਦੀ ਧਰਤੀ 'ਤੇ ਤੁਹਾਨੂੰ ਸਵਾਗਤ ਕਰਦਾ। ਕਿੱਥੇ ਆਏ ਹੋ ਅਤੇ ਪਾਕਿਸਤਾਨ ਆ ਕੇ ਕੋਈ ਤੁਹਾਨੂੰ ਕੋਈ ਪ੍ਰੋਬਲਮ ਫੇਸ ਹੋਇਆ ਲੋਕਾਂ ਦੀ, ਜਿਹੜੇ ਸਿੱਖਾਂ ਤੋਂ ਇਲਾਵਾ ਜਿਹੜੇ ਸਾਡੇ ਮੁਸਲਿਮ ਵੀਰ ਨੇ ਉਹਨਾਂ ਦਾ ਕੋਈ ਵਿਸ ਵੀ ਹੈ ਜਾਂ ਪਾਕਿਸਤਾਨ ਦੇ ਬਾਰੇ ਹੀ? ਕੈਨੇਡਾ ਰਹਿੰਦੇ ਹਾਂ, ਕੈਨੇਡਾ ਤੋਂ ਅਸੀਂ ਆਪਣੇ ਪੰਜਾਬ ਆਏ ਸੀਗੇ, ਪੰਜਾਬ ਤੋਂ ਕੁਛ ਸਮਾਂ ਰਹਿ ਕੇ ਫਿਰ ਅਸੀਂ ਇਸ ਪਾਕਿਸਤਾਨ ਦੀ ਧਰਤੀ 'ਤੇ ਪਹੁੰਚੇ ਹਾਂ। ਇੱਥੇ ਆਣ ਕੇ ਬਹੁਤ ਅੱਛਾ ਲੱਗਾ, ਸਾਰਿਆਂ ਨੇ ਸਾਡਾ ਬਹੁਤ ਸਵਾਗਤ ਕੀਤਾ। ਸਾਰੇ ਹੀ ਸਿੱਖ ਭਰਾਵਾਂ ਨੂੰ, ਪਾਕਿਸਤਾਨ ਵੀਰਾਂ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ 'ਤੇ ਲੱਖ ਲੱਖ ਵਧਾਈ ਹੋਵੇ। ਬਾਬਾ ਜੀ, ਅਗਰ ਦੇਖਿਆ ਜਾਵੇ ਪਾਕਿਸਤਾਨ ਦੀ ਹਕੂਮਤ ਦੇ ਜਿਹੜਾ ਸਟੇਪ ਲੀਡਰ ਕੋਰੀਡੋਰ ਦੁਆਰਾ ਕਰਤਾਰਪੁਰ ਦਰਬਾਰ ਸਾਹਿਬ ਖਾਨ ਸਾਹਿਬ ਦੇ ਸਾਰੇ ਪੀਐਮ ਨੇ ਪਾਕਿਸਤਾਨ ਦੇ, ਉਹਨਾਂ ਬਾਰੇ ਕੀ ਕਹੋਗੇ? ਅਤੇ ਪਾਕਿਸਤਾਨ ਆ ਕੇ ਜਿਹੜਾ ਤੁਹਾਡੇ ਜਿਹੜੇ ਕੈਨੇਡੀਅਨ ਨੇ, ਜਿੰਨੇ ਵੀ ਤੁਹਾਡੇ ਉੱਥੇ ਸੰਗਤ ਰਹਿੰਦੇ ਨੇ, ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੁੰਦੇ? ਕਿਉਂਕਿ ਇਹ ਉਹ ਧਰਤੀ ਆ ਜਿੱਥੇ ਸਿੱਖ ਦਾ ਜਨਮ, ਯਾਨੀ ਉਹ ਮਹਾਨ ਧਰਤੀ ਆ ਜਿਹਨੇ ਆ ਕੇ ਇੱਥੋਂ ਦਰਸ਼ਨ ਨਹੀਂ ਕੀਤੇ, ਉਹਨਾਂ ਨੂੰ ਕੀ ਤੁਸੀਂ ਦੱਸੋ ਜੀ? ਮਾਤਾ ਜੀ ਪਹਿਲੇ ਬਾਪ ਲੱਗਣ ਸਕਿਆ ਤੁਸੀਂ? ਚਲੋ ਇਹ ਦੱਸੋ ਕਿ ਕੈਨੇਡਾ ਦੇ ਲੰਗਰ ਅਤੇ ਪਾਕਿਸਤਾਨ ਦੇ ਲੰਗਰ 'ਚ ਕੋਈ ਡਿਫਰੈਂਟ ਕੀ ਹੋਇਆ? ਜੀ ਬਿਲਕੁਲ, ਤੁਸੀਂ ਇਹਨਾਂ ਦੇ ਵਿਚਾਰ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੇ ਅਤੇ ਹੋਰ ਵੀ ਸੰਗਤਾਂ ਨੇ, ਉਹਨਾਂ ਨਾਲ ਵੀ ਗੱਲ ਕਰਾਂਗਾ ਸਾਡੇ ਨਾਲ। ਦੈਨਿਕ ਸਵੇਰਾ ਲਈ ਪਾਕਿਸਤਾਨ ਤੋਂ ਹਰਮੀਤ ਸਿੰਘ ਦੀ ਰਿਪੋਰਟ। ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਭਾਵੇਂ ਪਾਕਿਸਤਾਨ ਨੇ ਕਰਤਾਰਪੁਰ ਲਾਂਘਾ ਖੋਲ੍ਹ ਦਿੱਤਾ ਹੈ, ਪਰ ਜਦੋਂ ਤੱਕ ਪਾਕਿਸਤਾਨ ਅੱਤਵਾਦੀ ਕਾਰਵਾਈਆਂ ਬੰਦ ਨਹੀਂ ਕਰਦਾ, ਉਸ ਉੱਪਰ ਭਰੋਸਾ ਨਹੀਂ ਕੀਤਾ ਜਾ ਸਕਦਾ। ਇਸ ਵੇਲੇ ਸਾਡੇ ਨਾਲ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਜੀ ਮੌਜੂਦ ਨੇ, ਜਿਨ੍ਹਾਂ ਨੇ ਜਲੰਧਰ 'ਚ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ। ਮੈਂ ਸਭ ਤੋਂ ਪਹਿਲਾਂ ਤਾਂ ਇਹੀ ਆਵਾਂਗਾ ਕਿ ਪੰਜਾਬ 'ਚ ਤੁਹਾਡੀ ਪਹਿਲੀ ਬੈਠਕ ਸ਼ਾਇਦ ਹੈ ਜਲੰਧਰ, ਜਿੱਥੇ ਇੰਡਸਟਰੀ ਦਾ ਹੱਬ ਹੈ। ਕੀ ਸਮੱਸਿਆਵਾਂ ਇੰਡਸਟਰੀ ਨੇ ਤੁਹਾਨੂੰ ਦੱਸੀਆਂ, ਕੀ ਆਸ਼ਵਾਸਨ ਤੁਹਾਡਾ ਰਿਹਾ? ਜੋ ਬੈਂਕਿੰਗ ਰਿਲੇਟਿਡ, ਡਿਪਾਰਟਮੈਂਟ ਰਿਲੇਟਿਡ ਸਮੱਸਿਆ ਹੈ, ਉਹ ਅੱਛਾ ਵਪਾਰੀ ਵਰਗ ਨੇ ਆਪਣੇ ਬਾਤ ਰੱਖੀ,
सुझाव भी दिए और आखिरकार यही वो सेक्टर है लघु सूक्ष्म उद्योग जो भारत की अर्थव्यवस्था में एक बहुत बड़ा योगदान देता है। मेरा मानना है इनका योगदान और बढ़े इसके लिए सरकार प्रतिबद्ध है, एमएसएमई सेक्टर के साथ खड़ी है और इनके लिए हमने पहले भी कदम उठाए, आगे और उठाएंगे। अनुराग जी, जिस तरह तुम पंजाब चाहे हो, पंजाब ना तोड़ा नाता भी रहा है, 2019 मोदी सेक्टर इतने कामयाब नहीं हो पाया, लोगों की समस्यावें भी सुनदियाँ थी कि GST नोटबंदी के करके मोदी सेक्टर इतने कामयाब नहीं हो पाया, हूँ तो महकमा भी उही है, फाइनेंस मिनिस्ट्री है, तुम किमें समझते हो मोदी सेक्टर इतने लिया के आना, क्योंकि जिमनी चोन बाई इलेक्शन पार्टी ने 302 सीटा जितिया सी, मेरे ख्याल चंगा अगली बार तीनों जिता। नवजोत सिंह सिद्धू करतारपुर लांघे का क्रैडिट जा रहा है और BJP का इलाज कर रही है उन्होंने स्पीच में लैके, करतारपुर लहंगे लैके पाकिस्तान रिश्तों में मिठास आ सकती है, पाकिस्तान पहले भी बहुत बार भरोसा किया गया, पाकिस्तान ने हर बार पिट से छुरा खोपया, जब तक पाकिस्तान आतंकवादी घटनावां बंद नहीं करता उद तक उत्ते भरोसा दुनिया भी नहीं करती, भारत भी नहीं कर सकता। अनुराग ठाकुर जो कह रहे हैं कि करतारपुर लांघा खोलता जरूर गया है पर बावजूद इसके पाकिस्तान पर भरोसा नहीं किया जा सकता, अनुराग ठाकुर BJP सरकार केंद्र सरकार से वित्त राज मंत्री ने नवजोत सिंह सिद्धू का भी इन्होंने सवाल पूछा तो इन्होंने बहुत ज़्यादा उन्होंने बारे गल की, हालांकि इन्हों की पार्टी की राय है कि नवजोत सिंह सिद्धू ने जाके देश का नाम पाकिस्तान खराब किया और दूजे पास करतारपुर लांघे को लेकर इन्होंने कहा कि पाकिस्तान से अभी भी भरोसा नहीं किया जा सकता। कैमरामैन रवि के नाम चुकाबाद एनसवेरा TV जलंधर। श्री गुरु नानक देव जी का गुरपुरब मनाउन आई अमेरिका की संगत ने भी पाकिस्तान की संगत वालों दिखाए प्यार मुहब्बत की तारीफ की है। उन्हों का कहना है कि बाबे नानक की इस पवित्र धरती से उन्होंने जो प्यार मिले है वह कितने होर नहीं मिलया। सत श्री अकाल, मैं हाँ हरमीत सिंह, तो तुम वेख रहे हो दैनिक सवेरा TV। आज पूरी संगतों को जिन्हें भी नानक नाम लेवा ने आज सारे जिन्हें भी वीर प्राण उन्होंने बाबा गुरु नानक जी के 550वें प्रकाश पुरब की लख लख वधाई हो। आज असं मौजूद हाँ ननकाना साहब, तो आज साढ़े नाल एक भरा जे US तो आए हैं उन्होंने गलबात करते हैं जी। आया नो सत श्री अकाल, आज तुम भी बधाई हो गए बाबा जी की धरती से आके, यकीन मनो कि करतार कोरीडोर खुलिया उस तो बाद ननकाना साहब ने तोड़ा इतने आके बाबा जी के ये जरा वो अस्थान है महान अस्थान है जिसे बाबा जी का जन्म होया, तो किए लगे वाहू जी का खालसा वाहू जी की फतेह। बहुत ही वधिया लग्या गुरु नानक पातशाह की धरती से सानू ये अवसर मिलया कि असं इतने आके मत्था टेक सकी, सतगुरु नानक प्रज्ञा मिली धुन जग चानन होआ, ये इन्ना सुहागा समा है जदों के सारी संगत इतने पहुंची है हुम हुमा के आए ने, तो परसनल तौर पर मैं इन्ना बहुत वधिया लगे। तो होर मैं ये दसो कि बाबा जी तो अलावा अगर गल की जाए रामदास जी जन्म स्थान जुना मंडी बच्चे तो के इरादा रख दो कि उसे भी जाके असं मुखी आए असी सानू गुरु साहब ने यह अवसर दिता, असी पंजा साहब मुखी आए हैं, असी करतारपुर साहब मुखी आए हैं, लाहौर के सारे गुरुद्वारा साहब के दर्शन हुए हैं, सो सारा अवसर जिहड़ा पाकिस्तान की सरकार ने दिता सानू ये चीज़ बनाई है सिखां वास्ते एक वैलकमिंग प्लेटफॉर्म दिता सानू कि असी इत्थे आ सकीए ते महाराज के दर्शन कर सकीए, बहुत वधिया गल है। बहुत वधिया गल है जिहड़ा साडे वीर ने गल कीती, लेकिन पाकिस्तान आके तुसी US तो आए हो, तुहाडे फैमिली नाल परसों भी साड़ी मुलाकात हुई सी, ते इत्थे आके ननकाना साहब आके किच लगता मन में सुकून, तो जाहरी गल मन में सुकून भी आता, लेकिन बाहर जाके बाजारों में तुसी जाते हो लोगों ना मिलते, क्योंकि करतारपुर की मैं गल कर बड़ा शॉर्ट जा एरिया, लेकिन बाहर जाके तुसी जिहड़े साडे वीर हन मुस्लिम वीर उन्होंने तुहाडा ताड़ी मुलाकात होएगी, किवें लगता तुहानू कोई भाईचारा जिहड़ा है इन्हां लोकां विच जिहड़ी मुहब्बत है कोई इहनू इहो जी चीज़ जी थोड़ी दिल में ठीक नहीं लगे होगी। पहली गल तो असं सू 14 दिन हो गए इतने आए, ईच एंड एवरी डे जो असं इतने आए हाँ, कभी बाहर जाने या कभी बस से रुकते हैं या कि बाहर तुर के जा रहे हैं, इन्ने प्यार ना ला के इन्ने मुहब्बत दिखाते हैं अपनी भी इदा लग रहा भी असं अपने एक तरह का अपने घर ही बैठे, इन्हों सूँ ये फीलिंग नहीं आई भी सुननी का सी भी
ਇੱਥੇ ਕੋਈ ਸਿਕਿਉਰਿਟੀ ਕੰਸਰਨ ਹੋ ਸਕਦਾ, ਪਰ ਜਦੋਂ ਇੱਥੋਂ ਦੇ ਲੋਕਾਂ ਨੂੰ ਮਿਲੀਦਾ ਉਹ ਇੰਨਾ ਪਿਆਰ, ਕੋਈ ਆ ਕੇ ਸੈਲਫੀ ਲੈ ਰਿਹਾ, ਕੋਈ ਆ ਕੇ ਤੁਹਾਨੂੰ ਪਿਆਰ ਮੁਹੱਬਤ ਦੀਆਂ ਗੱਲਾਂ ਕਰ ਰਿਹਾ, ਕੋਈ ਕਹਿ ਰਿਹਾ, ਕੋਈ ਰੋਣ ਲੱਗ ਜਾਂਦੇ ਨੇ, ਇੰਨਾ ਵਿਰਾਗ ਆ ਜਾਂਦਾ ਉਹਨਾਂ ਵਿੱਚ। ਸੋ ਜਿੰਨੀ ਮੁਹੱਬਤ ਇੱਥੋਂ ਦੇ ਲੋਕਾਂ ਦੀ ਦੇਖੀ ਹੈ ਉਹ ਅੱਜ ਤੱਕ ਅਸੀਂ ਕਿਤੇ ਹੋਰ ਦੇਖੀ ਨਹੀਂ ਹੋਣੀ। ਜਿੰਨੀ ਮੁਹੱਬਤ ਅਸੀਂ ਇੱਥੇ ਵੇਖੀ ਹੈ ਉਹ ਕਿਤੇ ਹੋਰ ਨਹੀਂ ਵੇਖੀ ਹੋਣੀ। ਅਤੇ ਗੱਲ ਇਹੀ ਮੁਹੱਬਤ ਦੀ ਗੱਲ ਆ, ਇਹ ਪਿਆਰ ਦੀ ਗੱਲ ਆ, ਅਤੇ ਇਹ ਸਾਡੀ ਵੀ ਖਾਹਿਸ਼ ਆ, ਸਾਡੀ ਵੀ ਅਰਦਾਸ ਆ ਕਿ ਪਿਆਰ ਦਾ ਜਿਹੜਾ ਸਿਲਸਿਲਾ ਹੈ ਇਹ ਬਰਕਰਾਰ। ਦੈਨਿਕ ਸਵੇਰਾ ਲਈ ਪਾਕਿਸਤਾਨ ਤੋਂ ਹਰਮੀਤ ਸਿੰਘ ਦੀ ਰਿਪੋਰਟ। ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਤੇ ਭਾਰਤ ਅਤੇ ਪਾਕਿਸਤਾਨ ਦੋਵਾਂ ਸਰਕਾਰਾਂ ਨੂੰ ਵਧਾਈ ਦਿੱਤੀ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਸੁਲਤਾਨਪੁਰ ਲੋਧੀ ਨਤਮਸਤਕ ਹੋਣ ਦੇ ਲਈ ਪੰਜਾਬ ਪਹੁੰਚੇ, ਜਿਸ ਦੌਰਾਨ ਉਹਨਾਂ ਨੇ ਲਾਂਘਾ ਖੁੱਲ੍ਹਣ ਦੇ ਲਈ ਪੰਜਾਬ ਸਰਕਾਰ ਅਤੇ ਮੋਦੀ ਸਰਕਾਰ ਦੋਵਾਂ ਨੂੰ ਵਧਾਈ ਵੀ ਦਿੱਤੀ। ਇਸ ਦੌਰਾਨ ਉਹਨਾਂ ਨੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪ੍ਰਸ਼ੰਸਾ ਵੀ ਕੀਤੀ। ਇਸ ਦੇ ਨਾਲ ਹੀ ਹਰੀਸ਼ ਰਾਵਤ ਨੇ ਦਿੱਲੀ ਦੀ ਤਰ੍ਹਾਂ ਹੋਰ ਸਰਕਾਰਾਂ ਦੇ ਵੱਲੋਂ ਵੀ ਕਰਤਾਰਪੁਰ ਮੱਥਾ ਟੇਕਣ ਵਾਲੀਆਂ ਸੰਗਤਾਂ ਦੀ $20 ਫੀਸ ਜਮ੍ਹਾਂ ਕਰਨ ਦਾ ਸਮਰਥਨ ਕੀਤਾ। ਜੇ ਮੋਦੀ ਜੀ ਨੇ ਅੱਛਾ ਕੰਮ ਕੀਆ ਕਰਤਾਰਪੁਰ ਸਾਹਿਬ ਕੋਰੀਡੋਰ ਕੋ ਖੋਲ੍ਹਣੇ ਕੀ ਬਾਤਚੀਤ ਲੰਬੇ ਸਮੇਂ ਸੇ ਚੱਲ ਰਹੀ ਥੀ ਔਰ ਪਾਕਿਸਤਾਨ ਨੇ ਵੀ ਇੱਕ ਸਦਭਾਵ ਦਿਖਾਇਆ ਔਰ ਉਸਕੇ ਲੀਏ ਹਮ ਦੋਨੋਂ ਕੋ ਵਧਾਈ ਦੇਤੇ ਹੈ ਬਲਕਿ ਪੰਜਾਬ ਗੌਰਮੈਂਟ ਕੋ ਵੀ ਵਧਾਈ ਦੇਤੇ ਜੋ ਨਿਰੰਤਰ ਉਸਕੇ ਲੀਏ ਕੰਮ ਕਰ ਰਹੀ ਥੀ। ਲੁਧਿਆਣਾ ਤੋਂ ਵਿਵੇਕ ਤਲ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਜਾਣ ਲਈ ਪਾਸਪੋਰਟ ਦੀ ਸ਼ਰਤ ਖਤਮ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਉਹ ਕੇਂਦਰ ਸਰਕਾਰ ਨਾਲ ਗੱਲਬਾਤ ਕਰਨਗੇ। ਪੂਰੀ ਦੁਨੀਆ ਦੇ ਵਿੱਚ ਅੱਜ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਧਾਰਮਿਕ ਸਮਾਗਮ ਕਰਵਾਏ ਗਏ। ਇਸੇ ਦੇ ਤਹਿਤ ਡੇਰਾ ਬਾਬਾ ਨਾਨਕ ਦੇ ਵਿੱਚ ਕਰਾਏ ਗਏ ਸਮਾਗਮਾਂ 'ਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਵੀ ਸ਼ਿਰਕਤ ਕੀਤੀ, ਜਿਨ੍ਹਾਂ ਨੇ ਇਸ ਮੌਕੇ ਜਿੱਥੇ ਸਾਰੀ ਸੰਗਤ ਨੂੰ ਇਸ ਪਾਵਨ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਕਰਤਾਰਪੁਰ ਲਾਂਘੇ ਨੂੰ ਲੈ ਇੱਕ ਵੱਡੀ ਮੰਗ ਵੀ ਕੀਤੀ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸਾਨੂੰ ਲਾਂਘਾ ਚਾਹੀਦਾ ਹੈ, ਨਾ ਕਿ ਪਾਸਪੋਰਟ ਦੀ ਸ਼ਰਤ। ਇਸੇ ਲਈ ਉਹ ਹੁਣ ਕੇਂਦਰ ਸਰਕਾਰ ਨੂੰ ਮੰਗ ਵੀ ਕਰਨਗੇ ਕਿ ਇਸ ਸ਼ਰਤ ਨੂੰ ਖਤਮ ਕੀਤਾ ਜਾਵੇ ਤਾਂ ਜੋ ਸੰਗਤ ਲਈ ਕਰਤਾਰਪੁਰ ਸਾਹਿਬ ਜਾਣ ਦਾ ਰਸਤਾ ਹੋਰ ਆਸਾਨ ਹੋ ਸਕੇ, ਕਿਉਂਕਿ ਸੰਗਤ ਦੇ ਵਿੱਚ ਹਾਲੇ ਵੀ ਕਰਤਾਰਪੁਰ ਜਾਣ ਸੰਬੰਧੀ ਜਾਣਕਾਰੀ ਦੀ ਘਾਟ ਹੈ। ਵੇਖੋ, ਅੱਜ ਮੈਂ ਸੰਗਤਾਂ ਨੂੰ ਮੁਬਾਰਕਬਾਦ ਦੇਣਾ ਕਿ ਗੁਰੂ ਨਾਨਕ ਸਾਹਿਬ ਦੀ ਜਿਹੜੀ ਪੁਰਬ ਦੀਆਂ ਔਰ ਅੱਜ ਪੂਰੇ ਵਰਲਡ ਦੇ ਵਿੱਚ ਇਹ ਚੱਲ ਰਿਹਾ, ਅੱਜ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਡੇਰ ਬਾਬਾ ਨਾਨਕ, ਸੁਲਤਾਨਪੁਰ ਲੋਧੀ, ਪੂਰੇ ਹਿੰਦੁਸਤਾਨ ਦੇ ਵਿੱਚ ਗੁਰੂ ਨਾਨਕ ਨਾਮ ਦੇਵਾ ਗੁਰੂ ਸਾਹਿਬ ਦਾ ਅੱਜ ਜਿਹੜੇ ਗਾਇਨ ਕਰ ਰਹੀਆਂ ਨੇ ਅਤੇ ਖਾਸ ਕਰਕੇ ਡੇਰ ਬਾਬਾ ਨਾਨਕ ਜਿਹੜਾ ਲਾਂਘਾ ਖੁੱਲ੍ਹਿਆ ਇਹਦੇ ਲਈ ਅੱਜ ਸੰਤਾਂ, ਤੁਸੀਂ ਵੇਖਿਆ ਕਿ ਬਹੁਤ ਤਾਦਾਦ ਦੇ ਵਿੱਚ ਉਹਨਾਂ ਨੇ ਇੱਥੇ ਆਈਆਂ ਨੇ ਔਰ ਸੰਤ ਸਮਾਜ ਦੇ ਪੋਲੀਟੀਕਲ ਪਾਰਟੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਜਿੰਨੀਆਂ ਪਾਰਟੀਆਂ ਸੀ ਉਹਨਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਗਿਆ ਔਰ ਕੋਈ ਲੈਕਚਰਬਾਜ਼ੀ ਨਹੀਂ, ਕੋਈ ਕੁਛ ਨਹੀਂ ਔਰ ਗੁਰੂ ਸਾਹਿਬ ਦੇ ਉਹ ਆਸ਼ੀਰਵਾਦ ਲੈਣ ਲਈ ਪਹੁੰਚਿਆ। ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਇਹ ਲਾਂਘਾ ਹੋਣਾ ਚਾਹੀਦਾ, ਇਹ ਲਾਂਘਾ ਚਾਹੀਦਾ, ਇਹ ਸਾਨੂੰ ਹੁਣ ਪਾਸਪੋਰਟ ਨਹੀਂ ਚਾਹੀਦਾ, ਇਹ ਸਾਰੀਆਂ ਚੀਜ਼ਾਂ ਦਾ ਇਹ ਗੌਰਮੈਂਟ ਆਫ ਇੰਡੀਆ ਨੂੰ ਕਰਾਂਗੇ। ਅਜੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਕਿੱਥੇ ਅਪਲਾਈ ਕਰਨਾ ਅਤੇ ਕਿਵੇਂ ਅਪਲਾਈ ਕਰਨਾ, ਉਹ ਸਾਰਾ ਉਹਦੇ ਬਾਰੇ ਦੱਸਿਆ ਜਾਏਗਾ। ਉਹ ਕਰਨਗੇ, ਇਸ ਬਾਰੇ ਹੁਣ ਸਾਰਾ ਕੁਝ ਬਾਅਦ 'ਚ ਕਰਾਂਗੇ। ਸੰਤ ਸਮਾਜ ਅਸੀਂ ਸਾਰਿਆਂ ਨੇ ਗੱਲ ਕੀਤੀ ਹੈ, ਸਾਰੇ ਰਲ ਕੇ ਕਰਾਂਗੇ, ਤੁਹਾਡਾ ਉਹਦੇ 'ਚ ਸਭ ਤੋਂ ਜ਼ਿਆਦਾ ਸਹਿਯੋਗ ਹੋਏਗਾ, ਜਿੰਨੀ ਤੁਸੀਂ ਕਰੋਗੇ ਉਹ ਗਵਰਨਮੈਂਟ ਦੇ ਜ਼ਿਆਦਾ ਕੰਨ ਖੁੱਲ੍ਹਣਗੇ। ਡੇਰਾ ਬਾਬਾ ਨਾਨਕ ਤੋਂ ਸੰਜੀਵ ਮੰਗੋਤਰਾ ਦੀ ਰਿਪੋਰਟ। ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਵੀ ਇੰਦਰ ਸਿੰਘ ਨੇ ਕਰਤਾਰਪੁਰ ਲਾਂਘਾ ਖੁੱਲ੍ਹਣ ਦਾ ਕ੍ਰੈਡਿਟ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਦਿੱਤਾ। ਉਹਨਾਂ ਕਿਹਾ ਕਿ ਭਾਰਤ ਨੂੰ ਤਾਂ ਇਸ ਬਾਰੇ ਕਦੇ ਇਤਰਾਜ਼ ਹੀ ਨਹੀਂ ਸੀ। ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਉੱਤੇ ਅੱਜ ਡੇਰਾ ਬਾਬਾ ਨਾਨਕ ਵਿੱਚ ਕੀਰਤਨ ਜਿਹੜਾ ਉਹ ਜਾਰੀ ਹੈ ਔਰ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਇੱਥੇ ਆ ਰਹੇ ਨੇ, ਸਾਡੇ ਨਾਲ ਇਸ ਲਈ ਜੁੜ ਚੁੱਕੇ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਜਿਹੜੇ ਸਾਬਕਾ ਸਪੀਕਰ ਰਵਿੰਦਰ ਸਿੰਘ, ਗੱਲ ਕਰਾਂਗੇ ਉਹਦੇ ਨਾਲ। ਸਭ ਤੋਂ ਪਹਿਲਾਂ ਅੱਜ ਪਾਵਨ ਦਿਹਾੜੇ 'ਤੇ ਕੀ ਕਹਿਣਾ ਤੁਹਾਡਾ ਜੀ? ਮੈਂ ਜੀ ਸਾਰੇ ਜਗਤ ਨੂੰ ਹੀ
अज की वधाइया देना चाहना क्योंकि जेडे बाबे का अज जन्म दिहाड़ा है 550वां वो जगत विच प्रसिद्ध सन और वह जगत की भलाई चाहते सन वो सरबत का भला उन्होंने ही आख्या सी और एक ओंकार जिहड़ा कि साडा यानी पवित्र मंत्र है वह भी उन्होंने मुखालबिन तो शुरू होया सी। 9 तरीक नूं लांघा खुल्लिया है, संगतां जिहड़ियां श्री करतारपुर साहिब दर्शन करन जा रही ने, तुहाडा की कहना, किस तरह लग रहा तुहानूं? बहुत चंगा है जी, ये लांघा खुलन नाल देखो अलग अलग लोगों के ख्याल ने कि जी किनू क्रैडिट दईए, वो जिहड़े मोदीवाद ही आया वो मोदी साहब नूं क्रैडिट देई जांदे आ, कोई इन्हें आप ले जाते ने। असली तो ये देखो समझण वाली गल है कि जिहड़ी जमीन है वो पाकिस्तान के कब्जे च है, तो कई प्राइम मिनिस्टर आए पिछले 72 साल, किसी के दिमाग च गल ना आई कि ये लांघा खोल दिए कि भाई ये जो श्रद्धालु है उन्होंने लाभ होजू, तलखी हो रही है। तो मैं तो क्रेडिट पाकिस्तान के मौजूदा प्राइम मिनिस्टर नूं दांगा जिन्होंने ये सोचा, भावें कुछ सोचा होवे, भावें उन्हें सोचा होवे कि मैं ये चो कोई होर कढ़ांगा, मैं मंजूरी तो उन्होंने चलनी सी, लेकिन उन्होंने मंजूरी बगैर नहीं सी होनी। तो हिंदुस्तान की सरकार नूं कदों शिकायत सी? सानूं तो कदे शिकायत नहीं सी। सो उन्हां दा ये एक बड़ा वड्डा स्टैप है, मैं तो कहांगा कि शायद गुरु बाबे ने कोई चमत्कार विखाई है। रविंदर जी, इत्थे स्टेजां नूं लैके बड़ी राजनीति हो रही थी पहलां, पर अज कितना कितने देखा गया कि स्टेज से अलग अलग पार्टियां जिहड़े नुमाइंदे आके बैठे हुए हैं, की कहना इस बारे तुहाडा? देखो जी, अलग अलग स्टेजां नहीं हन, एक तो स्टेज सरकारी है वो सुल्तानपुर लोधी, तो उत्थे श्रोमणी गुरद्वारा प्रबंधक कमेटी जिहड़ी कि बादल साहब की कंट्रोल च है, वो उन्हां दा अपना कारोबार उत्थे, तो सुनिया 12 करोड़ का स्टेज लग्या, वह भी गोलक के पैसों तो, जिते रुपया रुपया अगला टेकदा उत्थे इन्होंने अपनी शान, बाबे की शान नहीं बदनी, ना तुसी बता सकते हो, भावें अरबां रुपया ला छड्डो, लेकिन उन्हां दी जिहड़े जिहड़े हैगे ने स्टेज पर जिन्हें जाना उन्हां दी शान बधाने वास्ते वो पैसे फूके गए ने लोगों के। ये मैनू बड़ा अफसोस है, देखो जिहड़े बंदे इत्थे इकट्ठे होए ने पंजाब दी सारी वो अपोजिशन है जिहड़ी कि बादल साहब नूं समझदी है कि वो बरगाड़ी कांड दे दोषी ने, सरकार कोई प्रूफ कढे ना कढे, डायरैक्ट होवे इनडायरैक्ट होवे सरकमस्टांशियल होवे, ये तो जजां दा काम है ते या पुलिस दी टीम दा काम है, लेकिन समुची सिख जगत समझ बैठी है कि उस सारे कांड दी बीमारी बादल साहब नूं वोट लैण दी बीमारी करके हुई है, और वो गुरु साहब दी बेदबी हुई, फिर फायरिंग हुई, बंदे मरे। जे बादल साहब सही दिलों एक सिख होंदे तो अज उन्हां नूं अपनी यह गलती सारयां दे सामने मन लैनी चाहिए सी, वो तो गोलमोल गल करते हैं कि जी जे मेरे को गलती हुई हो तो जे का की मतलब है, वो यदा जिहड़ा कोई कोई खून खूनी आदमी है वह भी कह दिंदा। सो उन्हां दी स्टेज नूं सिख जगत मेरे हिसाब नाल ते असी जिहड़े समझ वाले हैगे असी तो खूनी स्टेज समझदे। तो इस सन साढ़े नाल अकाली दल 1920 दे प्रधान जिन्हां दा कहना है कि अज दे दिन माफ़ी मंग लैनी चाहिए सी जिन्हां ने बेअदबी की है, इस पावन दिहाड़े ते इकट्ठे हो के सारयां नूं इत्थे एक स्टेज उत्ते बह जाना चाहिए सीगा। कैमरामैन योगेश दे नाल संजीव मंगोत्रा, दैनिक सवेरा TV, डेरा बाबा नानक। कैनेडा दे MP बाव सरोआ श्री गुरु नानक देव जी दे 550वें प्रकाश पुरब मौके सुल्तानपुर लोधी विखे नतमस्तक होए। इस मौके उन्हां सुल्तानपुर लोधी विखे किए गए प्रबंधां ते तसल्ली दा प्रगटावा करदिआं सारी संगत नूं गुरपुरब दी वधाई दित्ती। मेरे नाल मौजूद ने कनाडा दे MP बॉब सरोया जी, उन्हां नाल गल्लबात करांगे, स्पैशली कनाडा तो सुल्तानपुर लोधी पहुँचे ने। बॉब सरोया जी, तुसीं पहुँचे ने, किस तरह का तुसी अनुभव किया इत्थे? भाई साहब, पहला तो सब तो बहुत बड़ी प्यार भरी सत श्री अकाल अपने थोड़े सारे व्यूअर्स वास्ते, बहुत ही चंगा लगा भी असं उतो डेलीगेट लैके आए हैं एंड सानू 6 दिन हो गए इतने आया, बहुत ही सोहना लगा। द नंबर ऑफ फंक्शनस असी अटेंड किए बाबे गुरु नानक देव जी दियाँ पुरानियाँ यादा चेते करके, वंड के छकना, मेहनत करने, असी सारे इक्वल हैं। जिहड़ियां चीज़ां अज वैस्टर्न वर्ल्ड दे विच आ रही विमेंस दे राइट, एवरी ह्यूमन राइट्स, बाबा गुरु नानक देव जी ने सानू 550 साल पहला दिते सी, सब कुछ बहुत ही सोहना हो रहा। इहदे नाल नाल पंजाब गवर्नमेंट का, फैडरल गवर्नमेंट का भी बहुत बहुत धन्नवाद करते हैं जिन्हें कि उन्हें
ਜਿੰਨੇ ਕਿ ਉਹਨੇ ਨੰਬਰ ਆਫ ਫੰਕਸ਼ਨ ਜਿਹੜੇ ਇੱਥੇ ਰੱਖੇ ਆ ਉਹਨਾਂ ਦੇ ਨਾਲ ਨਾਲ ਸਾਡੀ ਸਹਿਯੋਗ ਵੱਧਦਾ, ਸਾਡੀ ਸਟਰੈਂਥ ਵੱਧਦੀ ਆ ਅਤੇ ਸਾਡੇ ਬੱਚਿਆਂ ਨੂੰ ਵੀ ਪਤਾ ਲੱਗਦਾ ਸਾਡੇ ਗੁਰੂ ਜੀ ਕੀ ਸੀ ਸਾਰਾ ਇੱਥੇ ਦੇਖਿਆ ਹੋਇਆ ਦੇਖਿਆ ਹੋਣਾ 5-6 ਦਿਨਾਂ ਦੇ ਵਿੱਚ। ਹਾਂਜੀ, ਜਿਹੜੇ ਪ੍ਰਬੰਧ ਸੀਗੇ ਉਹਨਾਂ ਨਾਲ ਤੁਸੀਂ ਸੈਟਿਸਫਾਈਡ ਹੋ ਜਾਂ ਲੱਗਦਾ ਕਿਸੇ ਘਾਟ ਕੁਛ ਸੀ ਉਹ ਦੂਰ ਹੋਣੀ ਚਾਹੀਦੀ ਸੀ? ਦੇਖੋ ਜੀ, ਇਟਸ ਜਸਟ ਅ ਹਿਊਮਨ ਨੇਚਰ, ਵੀ ਆਲਵੇਜ਼ ਸੇ ਸਮਥਿੰਗ ਹੀਅਰ ਸਮਥਿੰਗ ਦੇਅਰ, ਬਟ ਓਵਰਆਲ ਆਈ ਕੈਨ ਗਿਵ ਦਮ 8.5 ਆਊਟ ਆਫ ਇਟ, ਵਿਚ ਇਜ਼ ਪ੍ਰੀਟੀ ਗੁੱਡ ਵੈਨ ਯੂ ਹੈਵ ਟਨਸ ਐਂਡ ਟਨਸ ਆਫ ਪੀਪਲ ਆਰ ਹੀਅਰ, ਰਾਈਟ? ਪਰ ਬਹੁਤ ਸੋਹਣਾ ਲੱਗਾ, ਬਹੁਤ ਚੰਗਾ ਲੱਗਾ, ਬਹੁਤ ਸੋਹਣੇ ਫੰਕਸ਼ਨ ਸੀਗੇ ਤਕਰੀਬਨ 10 November ਨੂੰ ਆਪਣੇ ਪੰਜਾਬ PTU ਦੇ ਵਿੱਚ ਫੰਕਸ਼ਨ ਸੀ ਜਿਹਦੇ ਵਿੱਚ 550 ਬੰਦੇ ਰਿਲੀਜ਼ ਸੀਗੇ ਜਿਨ੍ਹਾਂ ਨੂੰ ਸਪੈਸ਼ਲੀ ਸਨਮਾਨਿਤ ਕੀਤਾ ਗਿਆ, ਉਹਨਾਂ ਵਿੱਚੋਂ ਮੈਂ ਵੀ ਇੱਕ ਸੀ। ਪਰ ਅਗੇਨ ਬਹੁਤ ਹੀ ਸੋਹਣਾ, ਬਹੁਤ ਹੀ ਚੰਗਾ, ਅਸੀਂ ਹੁਣ ਇਹ ਵੀ ਚੰਗਾ ਲੱਗਦਾ ਫਿਰ ਨਿਆਣੇ ਪਿੰਡਾਂ ਦੇ ਵਿੱਚ ਵੀ ਪ੍ਰੋਗਰਾਮ ਕਰਵਾਏ ਜਾ ਰਹੇ ਤੁਹਾਡੇ ਵੱਲੋਂ? ਬਹੁਤ ਬਹੁਤ ਹੀ, ਅੱਜ ਉੱਥੇ ਵੀ ਬਹੁਤ ਵੱਡੇ ਪ੍ਰੋਗਰਾਮ ਇੱਦਾਂ ਹੀ ਚੱਲਦੇ ਆ, ਪਰ ਇਸ ਸਾਲ ਮੈਂ ਲੱਕੀ ਹਾਂ, ਮੈਂ ਕਿਸਮਤ ਵਾਲਾ ਜਿਹੜਾ 550 ਸਾਲ 'ਤੇ ਜਿਹੜਾ ਇੱਥੇ ਆ ਕੇ ਪਹੁੰਚਿਆ। ਬਿਲਕੁਲ, ਇਹ ਸੀ ਮੇਰੇ ਨਾਲ ਬੋਬ ਸਰੋਇਆ MP ਕਨਾਡਾ ਤੋਂ। ਕਾਫੀ ਸੈਟਿਸਫਾਈਡ ਨਜ਼ਰ ਆਏ ਨੇ ਸਰਕਾਰੀ ਜਿਹੜੇ ਕੰਮਕਾਰ ਇੱਥੇ ਹੋਏ ਨੇ, ਅਤੇ ਇਹਨਾਂ ਨੂੰ ਵੀ ਸਾਡੇ 500 ਜਿਹੜੀ ਪਰਸਨੈਲਿਟੀ ਸਨਮਾਨਿਤ ਹੋਈਆਂ ਨੇ ਉਹਨਾਂ ਵਿੱਚੋਂ ਇਹ ਵੀ ਇੱਕ ਨੇ। ਸੁਲਤਾਨਪੁਰ ਲੋਧੀ ਤੋਂ ਕੈਮਰਾਮੈਨ ਲਕਸ਼ਨ ਨਾਲ ਨਿਤਿਨ ਧੀਮਾਨ, ਦੈਨਿਕ ਸਵੇਰਾ TV। ਅਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਰਚਨਾ ਨੂੰ ਦਿਓ ਇਜਾਜ਼ਤ, ਹੋਰ ਤਾਜ਼ਾ ਜਾਣਕਾਰੀ ਲਈ ਵੇਖਦੇ ਰਹੋ ਦੈਨਿਕ ਸਵੇਰਾ TV।